ਦੇਖੋ ਰੁਝਾਨ ਤਾਂ ਕਾਂਗਰਸ ਵੱਲ ਹੀ ਹੈ ਅਤੇ ਮੈਂ ਸਮਝਦਾ ਵਨ ਵੇ ਇਲੈਕਸ਼ਨ ਹੀ ਹੋ ਰਹੀ ਹੈ। ਵੇਖੋ ਦੋ ਮੁੱਖ ਪਾਰਟੀਆਂ ਨੇ, ਇੱਕ ਕਾਂਗਰਸ ਇੱਕ ਪਾਸੇ, ਭਾਜਪਾ ਅਤੇ ਅਕਾਲੀ ਦਲ, ਅਤੇ ਤੀਸਰੀ ਆਪ ਨੇ। ਆਪ ਦੇ 9 ਹਲਕਿਆਂ ਵਿੱਚੋਂ 8 ਕੈਂਡੀਡੇਟਸ ਜਿਹੜੇ ਨੇ, ਜਿਹੜੇ ਪਿਛਲੀ ਵਿਧਾਨ ਸਭਾ ਲੜੇ ਸੀ, 8 ਕੈਂਡੀਡੇਟ ਜਾਂ ਕਾਂਗਰਸ ਆ ਗਏ ਨੇ ਜਾਂ ਅਕਾਲੀ ਦਲ ਜਾਂ ਭਾਜਪਾ ਚਲੇ ਗਏ ਨੇ, ਅਤੇ ਉਹਨਾਂ ਦਾ ਤਾਂ ਕੰਮ ਬਿਲਕੁਲ ਆਲਮੋਸਟ ਖਤਮ ਹੋ ਗਿਆ। ਕਰੀਏ ਤਾਂ ਪਤਾ ਲੱਗਦਾ।